ਪ੍ਰੇਮਿਕਾ ਨੂੰ ਮਿਲਣ ਗਏ ਪ੍ਰੇਮੀ ਦਾ ਕਤਲ ਹੋਇਆ। ਲੜਕੇ ਦੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਲੜਕੀ ਦੇ ਪਰਿਵਾਰਕ ਮੈਂਬਰਾਂ ਦੇ ਉੱਤੇ ਗੰਭੀਰ ਇਲਜ਼ਾਮ ਲਗਾਏ ਗਏ ਨੇ। ਕਤਲ ਦੇ ਇਲਜ਼ਾਮ ਜੋ ਨੇ ਉਹ ਲੜਕੀ ਦੇ ਪਰਿਵਾਰਕ ਮੈਂਬਰਾਂ ਤੇ ਲਗਾਏ ਗਏ ਨੇ। ਲੜਕੇ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਲੜਕਾ ਅਤੇ ਲੜਕੀ ਦੋਵੇਂ ਇੱਕ ਦੂਜੇ ਨੂੰ ਹੱਦੋਂ ਵੱਧ ਪਿਆਰ ਕਰਦੇ ਸਨ। ਹਾਲਾਂਕਿ ਜੋ ਲੜਕੀ ਹੈ ਉਹ ਲੜਕੇ ਨੂੰ ਕਈ ਵਾਰ ਰਾਤ ਨੂੰ ਆਪਣੇ ਘਰ ਮਿਲਣ ਦੇ ਲਈ ਵੀ ਬੁਲਾਉਂਦੀ ਸੀ, ਪਰ ਇਹ ਚੀਜ਼ਾਂ ਜੋ ਲੜਕੀ ਦੇ ਪਰਿਵਾਰਕ ਮੈਂਬਰ ਨੇ ਉਹਨਾਂ ਨੂੰ ਚੰਗੀਆਂ ਨਹੀਂ ਸੀ ਲੱਗਦੀਆਂ। ਹਾਲਾਂਕਿ ਪਹਿਲਾਂ ਵੀ ਇੱਕ ਵਾਰੀ ਹਮਲਾ ਕੀਤਾ ਗਿਆ ਸੀ, ਹਾਲਾਂਕਿ ਹੁਣ ਜੋ ਹੈ ਉਸ ਲੜਕੇ ਦੀ ਮੌਤ ਹੋ ਗਈ ਹੈ। ਮਾਮਲਾ ਕੁਝ ਇਸ ਤਰ੍ਹਾਂ ਦੱਸਿਆ ਜਾ ਰਿਹਾ ਕਿ ਜਦੋਂ ਪ੍ਰੇਮੀ ਆਪਣੀ ਪ੍ਰੇਮਿਕਾ ਨੂੰ ਮਿਲਣ ਦੇ ਲਈ ਗਿਆ ਤਾਂ ਪ੍ਰੇਮਿਕਾ ਦੇ ਪਰਿਵਾਰਕ ਮੈਂਬਰਾਂ ਨੇ ਉਸ ਦੇ ਉੱਤੇ ਹਮਲਾ ਕਰ ਦਿੱਤਾ, ਜਿਸ ਤੋਂ ਬਾਅਦ ਦੇ ਵਿੱਚ ਕਿਹਾ ਜਾ ਰਿਹਾ ਕਿ ਜਦੋਂ ਉਹ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ ਤਾਂ ਪ੍ਰੇਮਿਕਾ ਦੇ ਪਰਿਵਾਰਕ ਮੈਂਬਰ ਜੋ ਪ੍ਰੇਮੀ ਆ ਉਸਨੂੰ ਉਸਦੇ ਨਾਨਕੇ ਦੇ ਵਿੱਚ ਸੁੱਟ ਕੇ ਫਰਾਰ ਹੋ ਜਾਂਦੇ ਨੇ। ਹਾਲਾਂਕਿ ਜਦੋਂ ਉਸਨੂੰ ਜ਼ਖਮੀ ਹਾਲਤ ਦੇ ਵਿੱਚ ਹਸਪਤਾਲ 'ਚ ਦਾਖਲ ਕਰਵਾਇਆ ਜਾਂਦਾ ਹੈ ਤਾਂ ਉੱਥੇ ਜਾ ਕੇ ਉਸਦੀ ਮੌਤ ਹੋ ਜਾਂਦੀ ਹੈ। ਹਾਲਾਂਕਿ ਇਸ ਘਟਨਾ ਤੋਂ ਬਾਅਦ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ ਅਤੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਲੜਕੀ ਦੇ ਪਰਿਵਾਰ ਦੇ ਉੱਤੇ ਹੀ ਗੰਭੀਰ ਇਲਜ਼ਾਮ ਲਗਾਏ ਜਾ ਰਹੇ ਨੇ। ਹਾਲਾਂਕਿ ਲੜਕੇ ਦੀ ਮਾਂ ਨੇ ਇੱਥੋਂ ਤੱਕ ਕਿਹਾ ਕਿ ਜੋ ਲੜਕੀ ਦਾ ਚਾਚਾ ਹੈ ਉਹ ਇੱਕ ਵਾਰ ਤਲਵਾਰ ਲੈ ਕੇ ਉਹਨਾਂ ਦੇ ਘਰ ਉਹਨਾਂ ਦੇ ਬੇਟੇ ਨੂੰ ਮਾਰਨ ਦੇ ਲਈ ਆਇਆ ਸੀ। ਉਸ ਸਮੇਂ ਵੀ ਕਾਫੀ ਜ਼ਿਆਦਾ ਬਹਿਸ ਬਸਈਆ ਹੋਇਆ ਸੀ ਅਤੇ ਉਸ ਤੋਂ ਬਾਅਦ ਦੇ ਵਿੱਚ ਕਿਹਾ ਗਿਆ ਸੀ ਕਿ ਉਹ ਆਪਣੀ ਲੜਕੀ ਨੂੰ ਸਮਝਾਉਣ। ਪਰ ਕਿਹਾ ਜਾ ਰਿਹਾ ਕਿ ਜੋ ਲੜਕੀ ਹੈ ਉਹ ਲੜਕੇ ਨੂੰ ਹੱਦੋਂ ਵੱਧ ਪਿਆਰ ਕਰਦੀ ਸੀ ਅਤੇ ਉਸਦੇ ਨਾਲ ਵਿਆਹ ਵੀ ਕਰਵਾਉਣਾ ਚਾਹੁੰਦੀ ਸੀ, ਤਾਂ ਗੁੱਸੇ ਦੇ ਵਿੱਚ ਆਏ ਪਰਿਵਾਰਕ ਮੈਂਬਰਾਂ ਦੇ ਵੱਲੋਂ ਹੁਣ ਲੜਕੇ ਦਾ ਹੀ ਕਤਲ ਕਰ ਦਿੱਤਾ ਗਿਆ। ਤਾਂ ਅਜਿਹੇ ਇਲਜ਼ਾਮ ਜੋ ਨੇ ਲੜਕੇ ਦੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਲਗਾਏ ਜਾ ਰਹੇ ਨੇ। ਸਮਾਣਾ ਤੋਂ ਇਹ ਮਾਮਲਾ ਸਾਹਮਣੇ ਆਇਆ। ਇਹ ਪਹਿਲੇ ਵੀ ਜਾਂਦਾ ਸੀ ਉੱਥੇ? ਹਾਂਜੀ, ਕੁੜੀ ਗੱਲਬਾਤ ਮੇਰੇ ਨਾਲ ਵੀ ਕਰਦੀ ਸੀ ਜੀ। ਕੁੜੀ ਨਾਲ ਕਰਦੀ ਸੀ? ਮੈਂ ਕੁੜੀ ਨੂੰ ਕਹਿੰਦੀ ਸੀ ਬਈ ਇਹਦਾ ਪਿੰਡਾ ਛੱਡ ਦੇ ਮੇਰੇ ਪੁੱਤ ਦਾ, ਮੇਰੇ ਪੁੱਤ ਨੂੰ ਤੇਰੇ ਘਰ ਦੇ ਮਾਰਨਗੇ, ਵੀ ਤੇਰੇ ਘਰਦਿਆਂ ਨੂੰ ਚਾਹੇ ਤਾਂ ਮਨਾ ਲਾ, ਅਨੀ ਮੇਰੇ ਪੁੱਤ ਤਾਂ ਪਿੰਡਾ ਛੱਡ ਦੇ ਮਾ। ਉਹ ਕਹਿੰਦੀ ਮੈਂ ਇਹਦੇ ਨਾਲ ਵਿਆਹ ਕਰਾਉਣਾ, ਕਹਿੰਦੀ ਮੁੰਡੇ ਨਾਲ, ਮੈਂ ਪਿੰਡਾ ਛੱਡ ਨਹੀਂ ਸਕਦੀ, ਮੈਂ ਇਹਦੇ ਬਿਨਾਂ ਕਹਿੰਦੀ ਰਹਿ ਨਹੀਂ ਸਕਦੀ। ਅਸੀਂ ਜਿਉਂਦੇ ਕਰਦੇ, ਉਹਦੇ ਚਾਚਾ ਵੀ ਸਾਡੇ ਘਰ ਆਇਆ ਸੀ ਮਾਰਨ ਮੇਰੇ ਪੁੱਤ ਨੂੰ ਕਿਰਪਾਨ ਲੈ ਕੇ। ਮੈਂ ਉਹਦੇ ਚਾਚੇ ਨੂੰ ਕਿਹਾ ਵੀ ਤੁਹਾਡੀ ਬੇਟੀ ਨੂੰ ਰੋਕੋ, ਤੁਸੀਂ ਤੁਹਾਡੀ ਬੇਟੀ ਮੇਰੇ ਘਰ ਆ ਲਈ, ਮੈਂ ਘਰ ਇੰਦੇ ਆ, ਸਾਡਾ ਕੋਈ ਪਰਿਵਾਰ ਆ, ਵੀ ਅਸੀਂ ਗੁੱਡੀ ਦੀ ਪੰਜੀਰੀ ਲੈ ਕੇ ਜਾ ਰਹੇ ਤੇ, ਵੀ ਤੁਹਾਡੀ ਬੇਟੀ ਨੂੰ ਤੁਸੀਂ ਰੋਕੋ, ਤੁਹਾਡੀ ਬੇਟੀ ਵੀ ਮੇਰੇ ਪੁੱਤਰ ਨੂੰ ਘਰੇ ਬੁਲਾਉਂਦੀ ਆ ਰਾਤ ਨੂੰ। ਹੋ ਗਏ ਜੀ 7 ਸਾਲ ਹੋ ਗਏ ਇਹਨਾਂ ਦੀ ਗੱਲਬਾਤ ਚੱਲਦੀ ਸੀ, ਬੱਚੇ ਚੱਲ ਰਹੀ ਸੀ ਗੱਲ ਇਹਨਾਂ ਦੀ। ਹਾਂਜੀ, ਕਿੰਨਾ ਪੜਿਆ ਤੁਹਾਡਾ ਮੁੰਡਾ? ਮੇਰਾ ਪੁੱਤ ਜੀ 12 ਪੜਿਆ ਹੋਇਆ ਜੀ। ਉਹ ਕੁੜੀ ਕਿੰਨੀ ਪੜੀ ਹੈ? ਕੁੜੀ ਦਾ ਨਹੀਂ ਜੀ ਮੈਨੂੰ ਪਤਾ, ਵੀ ਕਹਿੰਦੀ ਪੜੀ ਹੋਈ ਆ। ਕੁੜੀ ਪੜ ਰਹੀ ਹੋਣੀ। ਹੁਣ ਤੁਸੀਂ ਮਤਲਬ ਤੁਹਾਨੂੰ ਕੀ ਸਕਦੇ ਇਹਨਾਂ ਨੇ ਮਾਰੇ ਜੀ? ਉਹਨਾਂ ਨੇ ਮਾਰਿਆ, ਉਹਨਾਂ ਨੇ ਸਾਰੇ ਪਰਿਵਾਰ ਦਾ ਇੱਕੇ ਗੱਲ ਸੀ, ਉਹ ਮੈਨੂੰ ਵੀ ਕਹਿ ਕੇ ਗਏ ਸੀ ਉਹਦਾ ਚਾਚਾ ਸੀ ਜਿਹੜਾ, ਉਹ ਕਹਿੰਦਾ ਵੀ ਅਸੀਂ ਛੱਡਣਾ ਨਹੀਂ ਤੇਰਾ ਪੁੱਤ, ਜਿੱਥੇ ਮਰਜ਼ੀ ਲੁਕ ਜੇ ਅਸੀਂ ਛੱਡਣਾ ਨਹੀਂ ਹੈਗਾ ਜੀ। ਉਹ ਕੁੜੀ ਕਹਿੰਦੀ ਨਾ ਮੈਨੂੰ ਤੁਸੀਂ ਵੀ ਪੈਸੇ ਦੇ ਦਿਓ, ਮੈਂ ਵਿਆਹ ਕਰਾਉਣਾ। ਮੈਂ ਬੋਲੀ ਵੀ ਮੇਰੇ ਲਈ ਕੁਛ ਨਹੀਂ, ਅਸੀਂ ਦਿਹਾੜੀਦਾਰ ਬੰਦੇ ਹਾਂ, ਮੇਰੇ ਲਈ ਪੈਸੇ ਨਹੀਂ ਹੈਗੇ, ਮੇਰੇ ਪੁੱਤ ਦਾ ਪਿੰਡਾ ਛੱਡ ਦੇ ਮਹਾਂ। ਉਹ ਕਹਿੰਦੀ ਮੈਂ ਪਿੰਡਾ ਛੱਡ ਨਹੀਂ ਸਕਦੀ, ਮੇਰਾ ਪਿਆਰ ਹੈ ਇਹਦੇ ਨਾਲ ਬਹੁਤ ਜ਼ਿਆਦਾ, ਕੁੜੀ ਕਹਿੰਦੀ। ਮੈਂ ਕਿਹਾ ਵੀ ਤੇਰੇ ਮਾਂ ਬਾਪਾ ਨੂੰ ਮਨਾ ਲਾ ਤੂੰ। ਕਹਿੰਦੀ ਮੇਰੇ ਘਰ ਦੇ ਮੰਨਦੇ ਨਹੀਂ, ਨਾ ਮੇਰਾ ਡੈਡੀ ਮੰਨਦਾ, ਨਾ ਮੇਰੀ ਮਾਂ ਮੰਨਦੀ, ਨਾ ਮੇਰਾ ਭਰਾ ਮੰਨਦਾ, ਚਾਚੇ ਤਾਏ ਕੋਈ ਨਹੀਂ ਮੇਰਾ ਮੰਨਦਾ ਹੈ। ਲੜਕੀ ਵਾਲੇ ਸਹਿਮਤ ਨਹੀਂ ਸੀ ਮਤਲਬ? ਸਹਿਮਤ ਹੁੰਦੇ ਜੀ ਸਾਡੇ ਨਾਲ, ਕੁੜੀ ਨਾਲ? ਹਾਂ ਕੁੜੀ ਜੀ ਸਹਿਮਤ ਸੀ। ਕੁੜੀ ਮੈਨੂੰ ਕਹਿਣ ਲੱਗੀ ਵੀ ਤੁਸੀਂ ਚੌਂਕੀ ਆ ਜਾਓ, ਮੈਂ ਤੁਹਾਡੇ ਬਿਆਨ ਦੇ ਦੂੰਗੀ। ਮੈਂ ਬੋਲੀ ਜੀ ਵੀ ਮੈਂ ਚੌਂਕੀ ਨਹੀਂ ਆ ਸਕਦੀ, ਵੀ ਤੂੰ ਆਪ ਆ ਜਾ, ਸਾਨੂੰ ਫੋਨ ਕਰਦੀ ਅਸੀਂ ਫਿਰ ਆ ਜਾਵਾਂਗੇ। ਕੁੜੀ ਜੀ ਉਹਨਾਂ ਨੇ ਆਉਣ ਨਹੀਂ ਦਈ, ਆਪਦੇ ਕੈਬੇ 'ਚ ਰੱਖੀ। ਕੀ ਮਾਰਿਆ ਤੁਹਾਨੂੰ? ਕੀ ਸੱਕੇ ਵੀ ਕੀ ਮਾਰਿਆ?
ਦੇਖੋ ਜੀ ਸਾਨੂੰ ਤਾਂ ਇਹ ਵੀ ਸਾਕਾ ਵੀ ਉਹਨਾਂ ਨੇ ਕਿਰਚ ਕੁਰਚ ਮਾਰੀ ਆ ਮੇਰੇ ਬੇਟੇ ਦੇ ਕੇ ਉਹਦੇ ਨਾਨਕੇ ਨੇ ਜੀ ਟਵਾਣੇ ਉੱਥੇ ਜੀ ਸਾਨੂੰ ਕੀ ਪਤਾਉਣ ਵੀ ਇਹ ਛੱਡ ਕੇ ਆਏ ਨੇ ਇੱਕ ਵਜੇ ਛੱਡ ਕੇ ਆਏ ਨੇ ਜੀ ਕਿਵੇਂ ਛੱਡ ਕੇ ਆਏ ਨੇ ਕਿਵੇਂ ਨਹੀਂ ਉਹ ਸਾਨੂੰ ਕੋਈ ਗੱਲ ਦਾ ਪਤਾ ਨਹੀਂ ਉਹ ਨਹੀਂ ਜੀ ਸਾਨੂੰ ਪਤਾ ਕੀ ਮੰਗਦੇ ਪੁਲਿਸ ਤੋਂ ਅੱਜ ਤਾਂ ਜੀ ਨਹੀਂ ਉਹ ਕਹਿੰਦੇ ਹਾਂ ਪੁਲਿਸ ਨੂੰ ਵੀ ਜਿਵੇਂ ਮੇਰਾ ਪੁੱਤਰ ਮਾਰਿਆ ਨਾ ਉਹਦਾ ਭਰਾ ਮਰਨਾ ਚਾਹੀਦਾ ਸਾਡੇ ਬਰਾਬਰ ਅਸੀਂ ਆਹੀ ਮੰਗ ਮੰਗਦੇ ਹਾਂ ਜੀ ਇਹ ਮਾਮਲਾ ਇਸ ਤਰ੍ਹਾਂ ਹੀ ਪਿਰਥੀ ਸਿੰਘ ਵਾਸੀ ਸੋਢੀ ਵਾਲੇ ਨੇ ਸਾਡੇ ਕੋਲ ਬਿਆਨ ਲਿਖਾਇਆ ਕਿ ਉਸਦਾ ਲੜਕਾ ਗੁਰਬਖਸ਼ ਸਿੰਘ ਮਿਤੀ 11/12/14 ਦੀ ਰਾਤ ਨੂੰ ਜਰਨੈਲ ਸਿੰਘ ਸਨ ਆਫ ਜੈਮਲ ਸਿੰਘ ਵਾਸੀ ਸਧਾਰਨਪੁਰ ਉਹਦੇ ਘਰ ਗਿਆ ਸੀ ਸ਼ਰਾਰਤੀ ਮੈਂਟ ਨਾਲ ਗਿਆ ਸੀ ਜਦੋਂ ਉਹਨਾਂ ਦੇ ਘਰਦਿਆਂ ਨੂੰ ਪਤਾ ਲੱਗਿਆ ਤਾਂ ਉੱਥੇ ਉਹਨਾਂ ਦੀ ਆਪਸ ਉਹਨਾਂ ਦੇ ਜਿਹੜੀ ਪਿਰਥੀ ਸਿੰਘ ਦੇ ਡੈਡੀ ਅਤੇ ਉਸਦੇ ਲੜਕੇ ਨੇ ਜਰਨੈਲ ਸਿੰਘ ਦੇ ਬੇਟੇ ਨੇ ਗੁਰਬਖਸ਼ ਸਿੰਘ ਦੇ ਕੁਛ ਸੱਟਾਂ ਮਾਰੀਆਂ ਸੱਟਾਂ ਮਾਰਨ ਤੋਂ ਬਾਅਦ ਜਿਹੜਾ ਸੀਗਾ ਗੁਰਬਖਸ਼ ਸਿੰਘ ਆਪਣੇ ਨਾਨਕੇ ਪਿੰਡ ਹਰਿਆਣੇ 'ਚ ਚਲਾ ਗਿਆ ਉੱਥੇ ਉਸਦੇ ਨਾਨੇ ਨੂੰ ਇਹ ਸੀਗਾ ਵੀ ਸ਼ਾਇਦ ਥੱਕਿਆ ਟੁੱਟਿਆ ਉਹ ਸਾਰੀ ਰਾਤ ਉੱਥੇ ਪਿਆ ਰਿਹਾ ਜਦੋਂ ਸਵੇਰੇ ਉਸਨੂੰ ਉਠਾਉਣ ਦੀ ਕੋਸ਼ਿਸ਼ ਕੀਤੀ ਤਾਂ ਉਹ ਬੇਹੋਸ਼ੀ ਦੀ ਹਾਲਤ ਦੇ ਵਿੱਚ ਪਿਆ ਸੀ ਤਾਂ ਉਸਦੇ ਨਾਨੇ ਨੇ ਉਸਨੂੰ ਇਲਾਜ ਲਈ ਲੈ ਕੇ ਗਿਆ ਤਾਂ ਜਦੋਂ ਡਾਕਟਰ ਸਾਹਿਬ ਕੋਲ ਗਿਆ ਤਾਂ ਉਹਨਾਂ ਨੇ ਗੱਡੀ ਵਿੱਚ ਚੈੱਕ ਕਰਕੇ ਦੱਸਤਾ ਵੀ ਜਿਹੜੇ ਗੁਰਬਖਸ਼ ਸਿੰਘ ਦੀ ਮੌਤ ਹੋ ਚੁੱਕੀ ਹੈ ਮੌਤ ਹੋਣ ਤੋਂ ਬਾਅਦ ਉਸਦੇ ਪਿਤਾ ਵੀ ਉੱਥੇ ਚਲੇ ਗਏ ਇਹ ਗੱਲ ਸਾਰੀ ਪਿਰਥੀ ਸਿੰਘ ਦੇ ਸਹੁਰੇ ਨੇ ਉਹਨੂੰ ਦੱਸੀ ਉਸਦੇ ਬਿਆਨ 'ਤੇ ਪਿਰਥੀ ਸਿੰਘ ਦੇ ਬਿਆਨ 'ਤੇ ਅਸੀਂ 302/34 IPC ਦਾ 2 ਮਹੀਨਿਆਂ ਦੇ ਵਰਖਲਾ ਮੁਕੱਦਮਾ ਦਰਜ ਕਰਤਾ ਤਫਤੀਸ਼ ਜਾਰੀ ਹੈ ਇਹ ਕੋਈ ਮਾਮਲਾ ਕੋਈ ਪ੍ਰੇਮ ਸੰਬੰਧਾਂ ਦੇ ਉੱਤੇ ਗਿਆ ਸੀ ਮਿਲਣ ਵਾਸਤੇ ਤਫਤੀਸ਼ ਜਾਰੀ ਹੈ ਇਸਦੇ ਸੰਬੰਧ ਵਿੱਚ ਪਰ ਪ੍ਰੇਮ ਸੰਬੰਧ ਵਿੱਚ ਇਹ ਗੱਲ ਜ਼ਾਹਰ ਹੋਈ ਹੈ ਉਹਨਾਂ ਦੇ ਬਿਆਨ ਦੇ ਵਿੱਚ ਵੀ ਮੇਰੀ ਜਿਹੜਾ ਹੈਗਾ ਮੇਰੇ ਬੇਟੇ ਦੇ ਉਸ ਪਰਿਵਾਰ ਨਾਲ ਕਿਸੇ ਮੈਂਬਰ ਨਾਲ ਪ੍ਰੇਮ ਸੰਬੰਧ ਸੀ ਇਸ ਕਰਕੇ ਉਹ ਗਿਆ ਸੀ ਉਸੇ ਕਰਕੇ ਉਹਦੇ ਨਾਲ ਹਮਲਾ ਮਾਰਕੋ ਕੀਤੀ ਗਈ ਉਸੇ ਗੱਲ ਕਰਕੇ ਹਾਂ ਇਸੇ ਕਰਕੇ ਉਸਦੇ ਘਰ ਜਦੋਂ ਕੋਈ ਬੰਦਾ ਜਾਂਦਾ ਹੈ ਤਾਂ ਕਿਸੇ ਬਿਨਾਂ ਦੱਸੇ ਪੁੱਛੇ ਤਾਂ ਕੁਦਰਤੀ ਹੈ ਵੀ ਜਿਹੜੀ ਪੁੱਛਦੇ ਨੇ ਤਾਂ ਮਾਰਕੁੱਟ ਹੋਣਾ ਸੰਭਵ ਹੀ ਹੈ ਹੁਣ ਇਹਦੇ ਵਿੱਚ ਦੋਨੋਂ ਬੰਦੇ ਵਿੱਚ ਕੋਈ ਰੈਸਟ ਹੋਇਆ ਕੋਈ ਰੈਸਟ ਨਹੀਂ ਹੋਇਆ ਜੀ ਤਫਤੀਸ਼ ਜਾਰੀ ਹੈ ਪੋਸਟਮਾਰਟਮ ਕਰਵਾ ਕੇ ਕੱਲ੍ਹ ਉਹਨਾਂ ਦੇ ਵਾਰਸਾਂ ਦੇ ਹਵਾਲੇ ਕਰਤਾ